ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਸਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਂ ਬੋਲੀ ਜਿਹੜੀ ਸਾਡੀ ਪੰਜਾਬੀ ਹੈ ਉਹਦੇ ਵਾਸਤੇ, ਉਹਦੀ ਪ੍ਰਮੋਸ਼ਨ ਵਾਸਤੇ ਅਤੇ ਸਾਡੇ ਕਲਚਰ ਦੀ ਪ੍ਰਮੋਸ਼ਨ ਵਾਸਤੇ, ਸਾਡੇ ਬੱਚਿਆਂ ਦੀ ਪ੍ਰਮੋਸ਼ਨ ਵਾਸਤੇ ਜਿਹੜਾ ਫਿਲਮ ਫੈਸਟੀਵਲ ਹੋ ਰਿਹਾ ਇੱਥੇ, ਉਹਨਾਂ ਦੇ ਔਰਗਨਾਈਜ਼ਰਸ ਨੂੰ ਮੈਂ ਬਹੁਤ ਵਧਾਈ ਦਿੰਦਾ ਅਤੇ ਆਪਣੀਆਂ ਸ਼ੁਭ ਇੱਛਾਵਾਂ ਉਹਨਾਂ ਨੂੰ ਪੇਸ਼ ਕਰਨਾ ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਜਿਹੜਾ ਪ੍ਰੋਗਰਾਮ ਬਹੁਤ ਕਾਮਯਾਬ ਹੋਏ, ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਹੈ ਪੰਜਾਬ ਦੇ ਵਿੱਚ ਤਰੱਕੀ ਤਾਂ ਕਰਦੀ ਪਈ ਹੈ, ਪਰ ਕੈਨੇਡਾ ਦੇ ਵਿੱਚ ਜਿਹੜਾ ਕਿ ਸਾਡਾ ਮੁਲਕ ਹੈ ਬ੍ਰਿਟਿਸ਼ ਕੋਲੰਬੀਆ, ਉੱਥੇ ਬਹੁਤ ਤਰੱਕੀ ਕਰੇ। ਇੱਥੇ ਪੰਜਾਬੀਆਂ ਨੇ ਹਰ ਪਾਸੇ ਮੱਲਾਂ ਮਾਰੀਆਂ ਨੇ। ਮੈਂ ਸਮਝਦਾ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੀ ਸਪੋਰਟ ਕਰੀਏ ਅਤੇ ਉਹਨਾਂ ਨਾਲ ਮਿਲ ਕੇ ਪੰਜਾਬੀ ਨੂੰ ਅੱਗੇ ਕਰੀਏ।